पारंपरिक रस्म के अनुसार खेलों का शुरू किया। ठीक है सर। ਇਹ ਬੜੀ ਚੰਗੀ ਗੱਲ ਹੈ ਕਿ ਜਦੋਂ ਸਰਦਾਰ ਸੁਰਜੀਤ ਸਿੰਘ ਜੀ ਦਾ ਅਕਾਲ ਚਲਾਣਾ ਹੋਇਆ ਉਹ ਸਾਡੇ ਦੇਸ਼ ਦੇ ਇੱਕ ਮੰਨੇ ਹੋਏ ਹਾਕੀ ਦੇ ਪਲੇਅਰ ਸਨ ਅਤੇ ਉਸ ਤੋਂ ਬਾਅਦ ਇਸ ਇਲਾਕੇ ਦੇ ਲੋਕਾਂ ਨੇ ਖੇਡਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਕਿਉਂਕਿ ਉਹ ਰੋਲ ਮਾਡਲ ਸੀ ਸਾਡੇ ਹਾਕੀ ਵਾਸਤੇ ਬਹੁਤ ਸਾਰੇ ਨੌਜਵਾਨ ਬੱਚਿਆਂ ਵਾਸਤੇ ਉਹਨਾਂ ਦੀ ਯਾਦ ਦੇ ਵਿੱਚ ਉਰੇ ਇਸ ਸਟੇਡੀਅਮ ਦੇ ਵਿੱਚ ਇਹ ਹਾਕੀ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਉਹਨਾਂ ਦੇ ਨਾਮ 'ਤੇ ਅੱਜ 36 ਵਰੇ ਹੋ ਗਏ ਸਾਰੇ ਲੋਕ ਮਿਲ ਕੇ ਹਰ ਸਾਲ ਇਸ ਟੂਰਨਾਮੈਂਟ ਨੂੰ ਵਧੀਆ ਤਰੀਕੇ ਨਾਲ ਮਨਾਉਂਦੇ ਹਨ ਔਰ ਪੂਰੇ ਹਿੰਦੁਸਤਾਨ ਦੀਆਂ ਜੋ 11-12 ਵੱਡੀਆਂ ਮੰਨੀਆਂ ਹੋਈਆਂ ਟੀਮਾਂ ਹੈ ਉਸ 'ਚੋਂ ਲੋਕ ਆ ਕੇ ਉਰੇ ਹਿੱਸਾ ਲੈਂਦੇ ਹੈ ਔਰ ਇਸ ਕੰਪੀਟੀਸ਼ਨ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਨੂੰ ਸਨਮਾਨ ਅਤੇ ਮਾਣ ਕਰਦੇ ਉਹਨਾਂ ਦੀ ਕਾਬਲੀਅਤ ਅਤੇ ਉਹਨਾਂ ਦੀ ਜੋ ਸਾਡੇ ਦੇਸ਼ ਵਾਸਤੇ ਕੰਟਰੀਬਿਊਸ਼ਨ ਉਹਨੂੰ ਸਲਾਮ ਕਰਦੇ ਹਾਂ।